ਸ਼ਾਦੀ ਦਾ ਵਿੱਚ ਇਹਨਾਂ ਨੇ ਕੋਈ ਰੌਲਾ ਸੀ ਆਪਣ ਮੈਂ ਕੋਈ ਔਰਤ ਸੀ ਉਹ ਮੇਰੀ ਤੇਆ ਨਹੀਂ ਸੀ ਵੀ ਤੂੰ ਪਛਾਣ ਜਾ ਵੀ ਆਪਣੇ ਬੱਚੇ ਵੇਖ ਘਰ ਵੇਖ ਆਪਣਾ ਆਪਾਂ ਆਪਣਾ ਘਰ ਸੰਭਾਲੀਏ ਤੂੰ ਬੀਬੀਆਂ ਮਗਰ ਪਾ ਲੈ ਕੋਲ ਬਹਿ ਜਾਵੇ ਜਾਂ ਕੋਈ ਬੀਬੀ ਵੇਖ ਲਵੇ ਤੇ ਉਹ ਵੇਖਣ ਨਾਲ ਫਿਰ ਉਹ ਬੀਬੀ ਬਰਦਾਸ਼ਤ ਤਾਂ ਨਹੀਂ ਕਰ ਸੀ ਕਿ ਤੁਹਾਡੀ ਬੇਟੀ ਨੂੰ ਪਤਾ ਸੀ ਕਿ ਜਿਹੜਾ ਉਹਦਾ ਸ਼ੋਹਰ ਹੈ ਬਾਹਰੋਂ ਕਿਸੇ ਔਰਤ ਪਿੱਛੇ ਜਾਂਦਾ ਹੈ ਉਹਨੇ ਤੁਹਾਨੂੰ ਗੱਲ ਦੱਸੀ ਸੀ ਨਹੀਂ ਸਾਡੇ ਨਾਲ ਨਹੀਂ ਉਹਨੇ ਗੱਲ ਕੀਤੀ ਵੀ ਫਲਾਨੀ ਔਰਤ ਨਾਲ ਫਲਾਨੀ ਔਰਤ ਨਾਲ ਸੀ ਇਹ ਸੁਣਦੇ ਸਾਂ ਵੀ ਇਹ ਕਿਸੇ ਔਰਤ ਦੇ ਮਗਰ 42 ਐਚ ਟੀ ਵੀ ਕੇ ਸਾਥ ਮੈਂ ਹਾਂ ਆਪ ਹੋਸਟ ਹਾਂ ਮੈਰਾੜੀ ਨਾਜ਼ਰੀਨ ਇਸ ਵਕਤ ਖੁੜੀਆਂ ਸ਼ਹਿਰ ਕੇ ਅੰਦਰ ਮੌਜੂਦ ਹੂੰ ਇਲਾਕਾ ਹੈ ਚੂਣੀਆਂ ਗੇਟ ਉਹ ਨਜ਼ਾ ਕੇ ਘਰ ਮੈਂ ਜਿਸ ਕੋ ਉਸਕੇ ਸ਼ੋਹਰ ਨੇ ਜ਼ਹਿਰ ਦੇ ਕੇ ਮਾਰ ਦਿਆ ਨਜ਼ਾ ਕੇ ਘਰ ਵਾਲੇ ਮੇਰੇ ਸਾਥ ਮੌਜੂਦ ਹਨ ਸੇ ਜਾਣਤੇ ਹੈ ਕਿ ਉਸਕੇ ਸ਼ੋਹਰ ਨੇ ਕਿਸ ਤਰੀਕੇ ਸੇ ਨਜ਼ਾ ਕੋ ਕਤਲ ਕੀਆ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਤੁਹਾਡੀ ਬੇਟੀ ਨਜ਼ਾ ਹਾਂਜੀ ਉਹਨੂੰ ਕਿਹਨੇ ਕਤਲ ਕੀਤਾ ਚੌਂਕਤ ਅਲੀ ਨੇ ਸ਼ੌਕਤ ਅਲੀ ਨੇ ਉਹਨਾਂ ਦਾ ਸ਼ੋਹਰ ਹਾਂਜੀ ਕਿਸ ਵਜ੍ਹਾ ਤੋਂ ਕਤਲ ਕੀਤਾ ਕੀ ਵਜ੍ਹਾ ਬਣੀ ਕਤਲ ਇਹੋ ਜੀ ਝਗੜਾ ਲੜਾਈ ਪਸਾਰ ਸ਼ਾਦੀ ਹੋ ਜਾਵੇ ਮੇਰੀ ਸ਼ਾਦੀ ਹੋ ਜਾਵੇ ਹੋ ਜਾਵੇ ਅਸੀਂ ਇਹ ਗੱਲ ਤੋਂ ਆਉਂਦੇ ਸਾਂ ਵੀ ਸ਼ਾਦੀ ਨਾ ਹੋਵੇ ਇਹ ਆਪਣਾ ਬੱਚੇ ਨੇ ਚਾਰ ਰਹਿੰਦੇ ਆਪਣੇ ਘਰ ਵਸਾਵੇ ਘਰ ਅੱਛੇ ਨੇ ਹੋਰ ਲਿਆਵੇ ਦਾ ਬੱਚੇ ਰੁਲ ਜਾਂਦੇ ਸ਼ਾਦੀ ਦੂਸਰੀ ਸ਼ਾਦੀ ਕਰਨਾ ਚਾਹੁੰਦਾ ਕਰਨਾ ਚਾਹੁੰਦਾ ਸੀ ਅਤੇ ਇਹ ਬੱਚੇ ਜਿਹੜੇ ਰੁਲ ਜਾਂਦੇ ਬਹੁਤ ਬੁਰਾ ਹਾਲ ਹੋ ਜਾਂਦਾ ਘਰ ਬਰਬਾਦ ਹੋ ਜਾਂਦਾ ਅੱਛਾ ਉਹ ਤੁਹਾਡੀ ਬੇਟੀ ਨੂੰ ਕੁੱਟਦਾ ਮਾਰਦਾ ਕਿਸ ਵਜ੍ਹਾ ਸੇ ਅਸਲ ਵਜ੍ਹਾ ਕੀ ਵਜ੍ਹਾ ਜੇ ਉਹਦੀ ਕੀ ਇਹ ਵੀ ਉਹ ਕਹਿੰਦਾ ਸੀ ਇਹੋ ਵੀ ਕੁੱਟ ਮਾਰ ਤੇ ਕੱਢ ਲੈਂਦਾ ਸੀ ਕਦੇ ਮਾਂ ਕੋਲ ਚਲੀ ਜਾਣੀ ਸੀ ਕਦੇ ਪਿਓ ਕੋਲੋਂ ਕਦੇ ਭਰਾ ਕੋਲੋਂ ਕਦੇ ਕਿਸੇ ਕੋਲ ਚਲੀ ਜਾਣੀ ਕਦੇ ਚਾਚਾ ਕੋਲ ਚਲੀ ਜਾਣਾ ਇਹਨਾਂ ਨੇ ਮਗਰ ਕੁੱਟ ਮਾਰਤੇ ਦੋ ਚਾਰ ਜੀ ਜਾਣੇ ਜਾ ਤੇ ਲੈ ਆਉਣੇ ਮਿਹਨਤਰਲਾ ਕਰਨਾ ਲੇਟ ਤੇ ਸੋਚਣਾ ਯਾਰ ਬੱਚੇ ਨਾ ਖਰਾਬ ਹੋ ਜਾਣ ਘਰ ਨਾ ਖਰਾਬ ਹੋ ਜਾਏ ਰੋਲ ਨਾ ਜਾਣ ਅਸੀਂ ਇਹੋ ਸੋਚਦਿਆਂ ਸੋਚਦਿਆਂ ਨਾ ਸਾਡੇ ਨਾਲ ਨਾ ਇਹੋ ਹੀ ਸਹੂਲ ਹੋਇਆ ਜਿਹੜਾ ਐਂਡ ਸਾਡੇ ਨਾਲ ਸਾਡੀ ਟੀਮ ਮਾਰਤੇ ਦੇਣੇ ਕਰਾਮਾ ਤੁਸੀਂ ਸ਼ੌਕਤ ਨੂੰ ਪੁੱਛਿਆ ਨੀ ਤੁਹਾਡੀ ਬੇਟੀ ਨੂੰ ਮਾਰਦਾ ਕੀ ਕਿਉਂ ਕਿਸ ਵਜ੍ਹਾ ਬੜਾ ਪੁੱਛਦਾ ਰਹਿੰਦਾ ਸੀ ਇਹੋ ਉਹ ਰੋਂਦੀ ਪਿੱਟਦੀ ਸੀ ਵੀ ਇਹ ਕਿਸੇ ਵੇਲੇ ਸਬਜ਼ੀ ਨਹੀਂ ਲਿਆ ਦੇਣੀ ਕਿਸੇ ਟਾਈਮ 'ਤੇ ਉਹਨੇ ਨਾ ਘਰ ਦਾਣੇ ਲਿਆਉਣੇ ਆਟਾ ਨਹਾਉਣਾ ਕਿਸੇ ਟਾਈਮ 'ਤੇ ਉਹਨੇ ਘਿਓ ਨਹੀਂ ਦੇਣਾ ਕਿਸੇ ਟਾਈਮ 'ਤੇ ਭੁੱਖੀ ਉਹਨੇ ਬਹਿ ਜਾਣਾ ਕਿਸੇ ਟਾਈਮ 'ਤੇ ਕਿਸੇ ਦਾ ਘਰ ਜਾ ਤੇ ਕਾਰੋਬਾਰ ਕਰਨਾ ਕਾਰੋਬਾਰ ਕਰਕੇ ਕੋਈ ਦੋਵਾਂ ਨੇ ਕਮਾ ਤੇ ਘਰ ਬੱਚਿਆਂ ਲਿਆ ਦੇ ਇੰਨੇ ਜਦੋਂ ਮਨਜ਼ਾ ਉਹਨੇ ਮਾਰਿਆ ਪਹਿਲੇ ਕਿੰਨੀ ਦਫ਼ਾ ਉਹ ਕੁੱਟਮਾਰ ਹੋ ਚੁੱਕੀ ਸੀ ਇਹ ਚਾਰ ਸਾਲ ਤੋਂ ਕੰਮ ਨਾ ਚਾਰ ਪੰਜ ਸਾਲ ਹੋ ਗਏ ਨੇ ਕੁੱਟਮਾਰ ਇਹਦੇ ਨਾਲ ਹੁੰਦੀ ਰਹੀ ਕੁੱਟਮਾਰ ਦੀ ਵਜ੍ਹਾ ਕੀ ਸੀ ਮਾਰਦਾ ਕਿਉਂ ਸੀ ਅਸਲ ਵਜ੍ਹਾ ਕੀ ਅਸਲ ਵਜ੍ਹਾ ਇਹੋ ਜਿਹੀ ਵੀ ਤੁਹਾਨੂੰ ਦੱਸਣਾ ਵੀ ਕੋਈ ਸ਼ਾਦੀ ਦਾ ਵਿੱਚ ਇਹਨਾਂ ਨੇ ਕੋਈ ਰੌਲਾ ਸੀ ਆਪਣ ਨੇ ਕੋਈ ਔਰਤ ਸੀ ਉਹ ਮੇਰੀ ਤੇਆ ਨਹੀਂ ਸੀ ਵੀ ਤੂੰ ਪਛਾਣ ਜਾ ਵੀ ਆਪਣੇ ਬੱਚੇ ਵੇਖ ਘਰ ਵੇਖ ਆਪਣਾ ਆਪਾਂ ਆਪਣਾ ਘਰ ਸੰਭਾਲੀਏ ਤੂੰ ਬੀਬੀਆਂ ਮਗਰ ਭੱਜਣਾ ਕਿਉਂ ਭੱਜਣਾ ਉਹ ਬੀਬੀਆਂ ਤਾਂ ਖਲੋਂਦਾ ਨਹੀਂ ਸੀ ਉਹਨਾਂ ਦਾ ਝਗੜਾ ਚੱਲਦਾ ਚੱਲਦਾ ਵੱਧਦਾ ਜਾਂਦਾ ਬੀਬੀ ਜਿਹੜੀ ਹੁਣ ਦੋਸਤ ਸਾਂਕਣ ਕੋਲ ਬਹਿ ਜਾਵੇ ਜਾਂ ਕੋਈ ਬੀਬੀ ਵੇਖ ਲਵੇ ਤੇ ਉਹ ਵੇਖਣ ਨਾਲ ਫਿਰ ਉਹ ਬੀਬੀ ਬਰਦਾਸ਼ਤ ਤਾਂ ਨਹੀਂ ਕਰ ਸਕਦੀ ਯਾਨੀ ਦੂਸਰੀ ਸ਼ਾਦੀ ਕਰਨਾ ਚਾਹੁੰਦਾ ਸੀ ਕਿਸੇ ਔਰਤ ਦੇ ਪਿੱਛੇ ਜਾਂਦਾ ਸੀ ਜਿਹਦੀ ਵਜ੍ਹਾ ਤੁਹਾਡੀ ਬੇਟੀ ਮਨਾ ਕਰਦੀ ਸੀ ਉਹਨੇ ਉਹਨੂੰ ਕਤਲ ਕਰ ਦਿੱਤਾ ਇਹ ਰੁਕਦਾ ਨਹੀਂ ਸੀ ਅਤੇ ਫਿਰ ਇਹਨੇ ਇਹੋ ਹੀ ਸੋਚਿਆ ਵੀ ਇਹ ਮੇਰੇ ਮਗਰੋਂ ਨਹੀਂ ਲੈ ਸਕਦੀ ਇਹਨੂੰ ਕਿਸ ਤਰੀਕੇ ਨਾਲ ਨਾ ਇਹਨੂੰ ਖਤਮ ਕਰ ਇਹ ਇਹ ਗੱਲ ਜਿਹੜੀ ਸੀ ਕਿ ਤੁਹਾਡੀ ਬੇਟੀ ਨੂੰ ਪਤਾ ਸੀ ਕਿ ਜਿਹੜਾ ਉਹਦਾ ਸ਼ੋਹਰ ਹੈ ਬਾਹਰੋਂ ਕਿਸੇ ਔਰਤ ਪਿੱਛੇ ਜਾਂਦਾ ਹੈ ਉਹਨੇ ਤੁਹਾਨੂੰ ਗੱਲ ਦੱਸੀ ਸੀ ਨਹੀਂ ਸਾਡੇ ਨਾਲ ਨਹੀਂ ਉਹਨੇ ਗੱਲ ਕੀਤੀ ਵੀ ਫਲਾਨੀ ਔਰਤ ਨਾਲ ਫਲਾਨੀ ਔਰਤ ਨਾਲ ਸੀ ਇਹ ਸੁਣਦੇ ਸਾਂ ਵੀ ਇਹ ਕਿਸੇ ਔਰਤ ਦੇ ਮਗਰ ਪਿਆ ਅਤੇ ਇਹਨਾਂ ਝਗੜਾ ਇਸ ਗੱਲ ਤੋਂ ਹੀ ਹੁੰਦਾ ਹੈ ਮੈਂ ਬੇਟੀ ਨੂੰ ਪੁੱਛਿਆ ਵੀ ਉਹ ਔਰਤ ਕੌਣ ਹੈ ਉਹਨੇ ਆਇਆ ਵੀ ਇਹ ਫੋਨ ਫੜ ਲੈਦਾ ਆਵਾਜ਼ ਸੁਣਦੀ ਰਹਿੰਦੀ ਕਰਦਾ ਰਹਿਦਾ ਆ ਜਾਂਦਾ ਚਲੀ ਜਾਈਦੀ ਉਹ ਹੋ ਜਾਂਦਾ ਮਾਲੀ ਵਾਲੇ ਖੋਤੇ ਚਲਾ ਜਾਣਾ ਉੱਥੇ ਇਹਨੇ ਜਾ ਤੇ ਨਾ ਔਰਤ ਲੈ ਜਾਣੀ ਲੈ ਤੇ ਸ਼ਾਮ ਨੂੰ ਘਰ ਆਵਣਾ ਕਿਸੇ ਟਾਈਮ 'ਤੇ ਕਿਤੇ ਲੈ ਜਾਣਾ ਇਹੋ ਜਿਹੇ ਝਗੜੇ ਚੱਲਦੇ ਰਹਿਣੇ ਜੀ ਨਾਜ਼ਰੀਨ ਮੇਰੇ ਸਾਥ ਇਨਕੇ ਮਹੱਲੇਦਾਰ ਵੀ ਮੌਜੂਦ ਹੈ ਮਜ਼ੀਦ ਹਮ ਇਨਸੇ ਜਾਣਤੇ ਹੈ ਕਿ ਇਹ ਲੜਾਈ ਕਿਉਂਕਿ ਜਬ ਲੜਾਈ ਹੋਈ ਉਸ ਪਹਿਲੇ ਤਿੰਨ ਸੇ ਚਾਰ ਦਫ਼ਾ ਪੰਚਾਇਤ ਵੀ ਹੋ ਚੁੱਕੀ ਥੀ ਇਹਨਾਂ ਨੇ ਇਸ ਪੰਚਾਇਤ ਕਾ ਫੈਸਲਾ ਕੀਆ ਇਨਸੇ ਬਾਤ ਕਰਤੇ ਹੈ ਇਨਸੇ ਜਾਣਤੇ ਹੈ ਕਿ ਇਹ ਅਸਲ ਵਜ੍ਹਾ ਕਿਆ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਛਾ ਭਈਆ ਮੁਝੇ ਇਹ ਬਤਾਏ ਕਿ ਮਨਜ਼ਾ ਜੋ ਹੈ ਉਸਕਾ ਸ਼ੋਹਰ ਉਸਕੋ ਮਾਰਤਾ ਥਾ ਇਹ ਕਿਤਨੀ ਦਫ਼ਾ ਪੰਚਾਇਤ ਹੋ ਚੁੱਕੀ ਥੀ ਇਸੇ ਪਹਿਲੇ इससे पहले तकरीबन तीन चार दफ़ा पंचायत जो है ना उसमें मैं मौजूद था तीन चार दफ़ा पंचायत हो चुकी है एक दो दफ़ा मुख्तलिफ डेरों पे हो चुकी है और एक दफ़ा थाने में हो चुकी है पंचायत तो अक्सर इनका जो है ना घरेलू नाचाकी का झगड़ा ही रहता था और अक्सर जो है ना तशद्दुद करके उसको मार पीट के घर से भगा देता था वो महीना डेढ़ महीना उधर अपने बाप के घर अपने वालद के घर रहती थी उसके बाद फिर पंचायतें जाती थी कि इसको इसके शोर के घर भेजो तो जो आखिरी बार इधर पंचायत हुई है सरदार सुल्तान डोगर के डेरे पर वो तहरीरी तौर पर पंचायत हुई है उसमें 10 लाख रुपए का स्टाम हुआ है कि अगर मैं दोबारा इसके साथ तशद्दुद करूं या इसको तंग करूं परेशान करूं और हरासा करूं तो मैं 10 लाख रुपया जो है ना जुर्माना अदा करने का पाबंद हूँ तो उसमें जो है तकरीबन 10-12 पंचायत के लोग थे तो 10-12 लोगों के अंगूठे और सहन सबत हैं तो उस वक्त पंचायत में भी
इसके चाचू का और ये शौकत का, मुर्तजा कसर के चाचू का, रफीक का और शौकत का जो पंचायत के दरमियान झगड़ा हो गया, तो शौकत ने उस वक्त बरमला तौर पर कहा, मैंने खुद सुना है कि मैं इसको जो है ना मार दूंगा, तो उसको फिर मना किया पंचायत ने कि ऐसी बात पंचायत में नहीं करती। अब जब उनका कत्ल किया गया है, जहर देके मारा गया उनको जी, बिल्कुल, उस वक्त जब वो फोत हो गई थी, उस वक्त वो हॉस्पिटल में थी, घर में फोत हो गई थी, उनके पास कौन मौजूद था? मुझे पता चला है तकरीबन 6 बजे उसकी डेथ हुई है DHQ हॉस्पिटल कसूर में। अच्छा। तो मुझे पता चला है, तो मैं तो आया हूँ तकरीबन 7 बजे, जब वो डेड बॉडी वापस ले आए, तो उस वक्त इनका कौन मौजूद था उसके पास, जब हॉस्पिटल के अंदर लेके कौन गया था? हॉस्पिटल के अंदर शौकत और उसकी जो बहन लेके गए थे, तो पीछे इसका वालद शरीफ और इसका भाई अब्दुस्तार, इसका चाचू रफीक, ये तीनों लोग मोटरसाइकिल पे पहुंच गए थे। तब तक वो जिंदा थी और दो चार बातें उसने, दो चार नाम इनको बताए हैं कि मेरे ऊपर इन्होंने तशद्दुद किया और मुझे ज़बरदस्ती इन्होंने जहर पिलाई है। तो उसके बाद जो है ना उसकी वो डेथ होगी हॉस्पिटल में, मजीद उसने कुछ नहीं बताया। उसके बाद जब डेथ होगी, आप लोग घर वापस लेके आए, पुलिस का क्या अभी तक आप लोगों के साथ ताउन है? उसके बाद जब डेड बॉडी वापस लेके आए, तो फिर इन्होंने 15 पे कॉल की है, तो पुलिस तकरीबन कोई 10-15 मिनट बाद इधर मौका पे पहुंची है। तो उसके बाद पुलिस मुख्तलिफ जो है ना वो शबीर SI साहब आए हैं, तो इनके साथ जो है ना वो कंप्रोमाइज करते रहे हैं कि ये कत्ल नहीं है, खुदकुशी है, मैंने हकैक जान ली है। मैं भी शबीर के साथ गया हूँ उधर, उसके बच्चों से जाके हमने बयान लिया है, तो बच्चों को उन्होंने सिखलाया था, तो बच्चों ये कह रहे थे कि हमारी वालदा जो है ना दुकान से वो गोलियां लाई है, गोलियां खाने लगी है, तो उसने कहा कि मैं कुंडी लगा के गोलियां खा लूंगी, तो हमने मना किया कि अम्मी ऐसा ना करो, तो उसने अंदर से कुंडी लगा ली और कुंडी लगा कर उसने गोलियां खा ली। तो फिर मैंने शबीर साहब से पूछा है कि जब उसने अंदर से कुंडी लगा के गोलियां खा ली हैं, तो अंदर दरवाजा किसने खोल के उसको निकाला जब वो अकेली अंदर थी, तो उसको अंदर से अंदर कमरे से बाहर किसने निकाला है? तो उसके बाद जो है ना शबीर साहब मुख्तलिफ इलो बहानों से काम लेते रहे, मुलजमान उसके सामने वो घूमते फिरते रहे। उस वक्त उसने उसके ऊपर ना रेड किया, ना उनको गिरफ्त में लिया, पकड़ा नहीं है। तो पुलिस फिर FIR कैसे आप लोगों ने करवाई फिर, अगर वो पुलिस आप लोगों की बात मान ही नहीं रही कि कत्ल हुआ है, उसने खुदकुशी की है, तो फिर FIR कैसे हुई? पहले वो पुलिस जो है ना हमारे ऊपर ये हमारे साथ दबाव डालती रही, कंप्रोमाइज कर दी इसके वालद के साथ के स्टाम करके दो, तुम्हारे पैसे लगेंगे, गरीब लोग हो तुम लोग, जो उजड़ जाओगे वो भी। पुलिस पुलिस वाले कह रहे हैं, शबीर साहब कह रहे हैं, साहब कह रहे हैं जी। तो जब ये लोग इसकी वालदा वाले चाचा सारे इसके जो रिश्तेदार इस चीज़ पे बेजेद थे कि हमारी बेटी को जहर दे के कत्ल किया गया, लिहाजा हमें इंसाफ चाहिए और हम इसकी FIR करवाएंगे, अगर आप नहीं करेंगे तो फिर हम ऊपर जाएंगे। तो उसके बाद फिर उसने कहा कि डेड बॉडी को जो थाने लेके आओ, उसके बाद हम थाने लेके गए, तो फिर उसको मजबूरन जो है वो FIR देनी पड़ी। पोस्टमार्टम करवाया था आप लोगों ने? जी, उसके FIR के बाद फिर हम उसको DHQ हॉस्पिटल रेफर कर दिया, उन्होंने उधर ले गए, उसके बाद DHQ से सुबह हमने पोस्टमार्टम कराया। उसकी रिपोर्ट के अंदर क्या चीज आई कि इनकी डेथ कैसे हुई है? अभी पोस्टमार्टम की रिपोर्ट जो है ना वो हमें नहीं, जो है ना हमें और इन गरीब लोगों को बिल्कुल इंसाफ की तवक्को नहीं है, वो उनके साथ बिल्कुल मिला हुआ है और मुख्तलिफ हिलो बहानों से काम ले रहा है, और हमें जो है इन लोगों को जो है FIR से पहले वो डांटता रहा, मना करता रहा इनके बजेद होने पर, फिर उसने FIR दिया, फिर हमने उधर पोस्टमार्टम कराया, उसने डॉक्टर साहब को जाके बताया कि ये खुदकुशी है, तो ये खुदकुशी लिखना, उस बात का हमें पता चल गया। फिर उसने जो है 5,000 रुपये का मुतालबा किया कि वो दो, और ये मेरी गाड़ी है इसमें जो 250 रुपये लीटर पेट्रोल है वो पड़ता है, मैं फ्रांस एक्सेस बाटरी जाना है उधर, वो सारा मवाद लेके वो जमा करवाना है, तो ये पैसे दो वो पैसे दो। तो हमने मैंने कहा कि ये गरीब आदमी है, दिहाड़ीदार है, मैं तो मजदूरी करके अपना पेट पालते हैं, इनके पास ये पैसे नहीं है। तो फिर उसने उसके बाद हमारी बात नहीं सुनी और अपनी गाड़ी DHQ अस्पताल से लेके वापस आ गए। 5,000 का जो मुतालबा उसने किया था, किससे पैसे मांगे? वो 5,000 का मुतालबा इनसे ही पैसे मांगे, उन्होंने मेरा नाम लिया कि वो आता है फिर हम करते हैं। फिर उसने मुझे बुलाया, मुझसे उसने मुतालबा किया, तो मैंने कहा ये गरीब लोग हैं यार, इनके पास 5,000 रुपये कहाँ से आए? जी बाबा जी, इंसाफ वास्ते की कहना चाहोगे? असि जी इंसाफ वास्ते कहने भी साड़ी बेटी है, सानू इंसाफ मिलना चाहिए हुकूमत वालों। जी नादरीन, आपने इनके वालद की आवाज़ सुनी कि इनकी बेटी को कत्ल किया गया है, जहर देके मारा गया है, उनके ज़बरदस्ती पहले उनके मुंह में जहर डाला गया है, उससे पहले उनके ऊपर तशद्दुद भी किया, लेकिन पुलिस जो है वो इनसे पैसे भी मांग रही है,
इनकी कोई भी किसी किस्म की वो दादरसी नहीं कर रही, इनकी हेल्प नहीं हो रही। हमारी उन आला हुकाम से, आला अफसरान से गुजारिश है कि इनके केस को देखा जाए, अगर वो मेडिकल रिपोर्ट के अंदर या पोस्टमार्टम के अंदर ये चीज़ साबित हो जाती है, उनको सज़ा भी मिलनी चाहिए और सज़ा ऐसी मिलनी चाहिए ताकि वो लोग मुआशरे के लिए इबरत का निशान बने। इसके साथ ही अपने मेज़बान उमर अली को इजाज़त दीजिए और देखते रहिए 42 HD TV अलानी के बाद।